ਉਸੋ ਦੇ ਲੈਕਚਰ ਸਵਾਲ ਇੱਕ ਛੋਟਾ ਜਿਹਾ ਸਵਾਲ ਹੈ ਕਿੱਥੇ ਉਹਦਾ ਜੱਜਮੈਂਟ ਕਿਵੇਂ ਕੱਢਣਾ ਹੈ ਕਿ ਜੇ ਤੁਸੀਂ ਕੁਝ ਕਹਿੰਦੇ ਹੋ ਤਾਂ ਮੈਂ ਕੁਝ કહਾਂ ਕਿ ਕਿਸੇ ਨੇ ਵੀ ਕਿਹਾ ਤਾਂ ਇੱਕ ਪਾਸੇ ਕਹਿ ਸਕਦੇ ਹਾਂ ਕਿ ਗਾਂਦੀਵਾਦੀ ਜਾਂ ਤਾਂ ਬੇਨੋਵਾਦੀ ਜਾਂ ਸਮਾਜਵਾਦੀ ਇਹ ਆਤਮ ਰੱਖਿਆ ਦਾ ਪ੍ਰਬੰਧ ਹੈ ਤਾਂ ਕੋਈ ਤੁਹਾਡੀ ਖਾਤਰ ਵੀ ਅਜਿਹਾ ਕਹਿ ਸਕਦਾ ਹੈ ਕਿ ਉਹ ਰਜਨੀਸ਼ ਚੀ ਦੀ ਆਤਮਸ਼ ਲੱਗ ਹੈ ਪ੍ਰਸ਼ੰਸਾ ਹੈ ਉੱਤਰ ਮੈਂ ਕਹਿੰਦਾ ਨਹੀਂ ਕਿ ਅਸੀਂ ਜੱਜਮੈਂਟ ਲਾਈਏ ਜਾਂ ਅਸੀਂ ਅਲੱਗ ਕਰੀਏ ਜਾਂ ਉਸ ਚਿੰਤਾ 'ਚ ਪਈਏ ਇਸੇ ਲਈ ਮੈਂ ਕਹਿੰਦਾ ਕਿ ਮੈਂ ਕਿਸੇ ਦਿਨ ਕਿਸੇ ਦੇ ਕੋਲ ਪੁੱਛਣ ਜਾਵਾਂ ਕਿ ਮੈਨੂੰ ਸ਼ਾਂਤੀ ਚਾਹੀਦੀ ਹੈ ਮੈਨੂੰ ਆਨੰਦ ਚਾਹੀਦਾ ਹੈ ਮੈਨੂੰ ਸੱਚ ਚਾਹੀਦਾ ਹੈ ਤਦ ਇਹ ਸਵਾਲ ਉੱਠਦਾ ਹੈ ਉਹ ਜਿਹੜਾ ਮਹਾਵੀਰਵਾਦੀ ਹੈ ਜੇ ਉਹਦੀ ਆਤਮ ਰੱਖਿਆ ਦਾ ਉਪਾਰ ਨਹੀਂ ਹੈ ਤੇ ਮਹਾਵੀਰ ਤੋਂ ਉਹਨੇ ਕੁਝ ਪਾ ਲਿਆ ਤਦ ਉਹਦੀ ਖੋਜ ਬੰਦ ਹੋ ਜਾਣੀ ਚਾਹੀਦੀ ਹੈ لیکن میں ماندا وہ ہے महावीरवादी आया है मेरे कोल मैं उसको नहीं गया यानी जेकर मैं आत्मशिलागाच ज्यों ਰਿਆਂ ਤਾਂ ਇਹ ਮੇਰਾ ਸਵਾਲ ਹੈ ਇਸ ਚ ਕਿਸੇ ਨੇ ਕੀ ਲੈਣਾ ਦੇਣਾ ਉਹ महावीरवादी आया मेरे कोल ਹੁਣ ਇੱਕ ਜਨਮੁਨੀ ਮੇਰੇ ਕੋਲ ਆਉਂਦੇ ਹੈ ਉਹ ਕਹਿੰਦੇ ਹੈ ਕਿ ਮੈਂ ਆਚਾਰੀਆ ਤੁਲਸੀ ਦਾ ਦੇਖਿਆਤ ਸਾਧੂਆਂ ਧਿਆਨ ਸਿਖਾਓ ਮੈਂ ਉਹਨਾਂ ਨੂੰ ਕਹਿੰਨਾ ਆਚਾਰੀਆ ਤੁਲਸੀ ਕੋਲੋਂ ਕੀ ਸਿਖਿਆ ਦੀਖਿਆ ਕਿਸ ਲਈ ਦਿੱਤੀ ਤੇ ਦੀਖਿਆ ਦੇ ਦਿੱਤੀ ਤੇ ਧਿਆਨ ਵੀ ਨਹੀਂ ਆਇਆ ਕਿ ਦੀਖਿਆਤ ਕਿਵੇਂ ਹੋਏ ਉਹਨੇ ਬੜੇ ਮਜ਼ੇ ਦੀ ਗੱਲ ਹੈ ਸਿੱਧੀ ਤਾਂ ਗੱਲ ਇਹ ਹੈ ਕਿ ਜੇ ਮਹਾਵੀਰ ਤੋਂ ਕੁਝ ਮਿਲ ਗਿਆ ਤਾਂ ਮੇਰੇ ਕੋਲ ਆਉਣ ਦਾ ਕੋਈ ਅਰਥ ਨਹੀਂ ਹੈ ਗੱਲ ਖਤਮ ਹੋ ਗਈ ਜੇ ਗਾਂਧੀ ਤੋਂ ਮਿਲ ਗਿਆ ਤਾਂ ਮੌਜਾਂ ਕਰੋ ਇਸ ਤੇ ਕੁਝ ਲੈਣਾ ਦੇਣਾ ਨਹੀਂ ਹੈ ਲੇਕਿਨ ਮਿਲਿਆ ਨਹੀਂ ਹੈ ਖੋਜ جاری ਹੈ ਪਰ ਫਿਰ ਕਹਿੰਦੇ ਉਹ ਗਾਂਧੀ ਨੂੰ ਫੜੀ ਰੱਖਾਂਗਾ ਨਹੀਂ ਮੈਂ ਗਾਂਧੀ ਨੂੰ ਛੁਡਵਾਵਾਂਗਾ ਕਿਉਂਕਿ ਜਿਸ ਕੋਲੋਂ ਨਹੀਂ ਮਿਲਿਆ ਕਿਰਪਾ ਕਰਕੇ ਉਹਨੂੰ ਛੱਡੋ ਮਿਲ ਗਿਆ ਤਾਂ ਮੈਂ ਨਹੀਂ ਕਹਿੰਦਾ ਇਸ ਲਈ ਮੇਰਾ ਜੋ ਲਗਾਤਾਰ ਖਿਆਲ ਹੈ ਉਹ ਇੰਨਾ ਹੀ ਹੈ ਕਿ ਨਹੀਂ ਮਿਲਦਾ ਜਿੱਥੋਂ ਉੱਥੇ ਵੀ ਅਸੀਂ ਫੜੀ ਰੱਖਣਾ ਚਾਹੁੰਦੇ ਆਂ ਫਿਰ ਮੈਥੋਂ ਵੀ ਇਹੀ ਚਾਹੁੰਦੇ ਹੋ ਕਿ ਮੈਂ ਵੀ ਉਸ 'ਚ ਜ਼ਰਾ ਐਡੀਸ਼ਨ ਬਣ ਜਾਵਾਂ ਯਾਨੀ ਮਜ਼ੇਦਾਰ ਹੈ ਨਾ ਮਾਮਲਾ ਕਿ ਮੈਥੋਂ ਵੀ ਕੁਝ ਸਿੱਖੇ ਜਾਣ ਸਮਝ ਕੇ ਜਾਣ ਉਹ ਵੀ ਗਾਂਧੀਵਾਦ 'ਚ ਐਡੀਸ਼ਨ ਹੋਣ ਵਾਲਾ ਹੈ ਇਸ ਲਈ ਜੇਕਰ ਮੇਰੀ ਆਤਮ 'ਚ ਲੱਗਾ ਹੈ ਹੋ ਸਕਦੀ ਹੈ ਤੇ ਮੇਰਾ ਨਰਕ ਬਣੇਗੀ ਸਾਨੂੰ ਸੋਚ ਲੈਣਾ ਚਾਹੀਦਾ ਹੈ ਕਿ ਅਸੀਂ ਕੀ ਬਣਾ ਰਹੇ ਹਾਂ ਉਹਨੂੰ ਤੇ ਇੰਨੀ ਨਿਰੋਲ ਨਿੱਜੀ ਗੱਲ ਹੈ ਕਿ ਇਹਦੇ ਲਈ ਨਿਰਨੇ ਦਾ ਕੋਈ ਉਪਾਅ ਵੀ ਨਹੀਂ ਹੈ ਇਸ ਲਈ ਹੋ ਸਕਦਾ ਮੈਂ ਸਿਰਫ ਖੁਦ ਨੂੰ ਸਭ ਨੂੰ ਧੋਖਾ ਦੇ ਰਿਹਾ ਲੇਕਿਨ ਤਦ ਇਹਦਾ ਦੁੱਖ ਤੇ ਪੀੜ ਮੇਰੀ ਹੈ ਇਹਦਾ ਦੁੱਖ ਤੇ ਪੀੜ ਕਿਸੇ ਦੀ ਵੀ ਨਹੀਂ ਹੈ ਯਾਨੀ ਇਸ ਨਾਲ ਕੁਝ ਖੋ ਰਿਹਾ ਹਾਂ ਜੋ ਮੈਨੂੰ ਗਾਂਧੀ ਦੇ ਪਕੜਨ ਤੋਂ ਮਿਲ ਸਕਦਾ ਸੀ ਮੈਂ ਉਹਨੂੰ ਖੋਣ ਲਈ ਤਿਆਰ ਹਾਂ ਉਸ ਤੋਂ ਕਠਿਨਾਈ ਨਹੀਂ ਹੈ ਮੈਨੂੰ ਮਹਾਵੀਰ ਨੂੰ ਪਕੜਨ ਨਾਲ ਜੋ ਸ਼ਾਂਤੀ ਮਿਲ ਸਕਦੀ ਸੀ ਉਹ ਮੈਨੂੰ ਲੈਣ ਦੀ ਇੱਛਾ ਨਹੀਂ ਹੈ ਜੇ ਮੈਂ ਅਸ਼ਾਂਤਾਂ ਤਾਂ ਬਹੁਤੇ ਦਿਨ ਆਤਮ ਸ਼ਲਾਗਾ ਚੱਲ ਨਹੀਂ ਸਕਦੀ ਕਿਉਂਕਿ ਜੇ ਤੁਸੀਂ ਵੀ ਆਪਣੀ ਸ਼ਾਂਤੀ ਨਾਲ ਪਰੇਸ਼ਾਨ ਹੋਗੇ ਮੈਂ ਨਹੀਂ ਹੋਵਾਂਗਾ ਤੁਸੀਂ ਆਪਣਾ ਆਪਣੇ ਦੁੱਖ ਨਾਲ ਪੀੜਤ ਹੋਗੇ ਮੈਂ ਆਪਣੇ ਦੁੱਖ ਨਾਲ ਪੀੜਤ ਨਹੀਂ ਹਾਂ ਤੁਸੀਂ ਤਾਂ ਆਪਣਾ ਨਰਕ ਮਿਟਾਉਣ ਦੀ ਕੋਸ਼ਿਸ਼ 'ਚ ਲੱਗੇ ਹੋ ਤੇ ਮੈਂ ਆਪਣਾ ਨਰਕ ਬਣਾਉਂਦਾ ਰਹਾਂਗਾ ਕਿੰਨੀ ਦੇਰ ਤੱਕ ਇਹ ਚੱਲੇਗਾ ਇਹ ਕਿਵੇਂ ਚੱਲ ਸਕਦਾ ਇਹ ਸੰਭਵ ਹੈ। ਸੋ ਲਗਾਤਾਰ ਸਵਾਲ ਉੱਠਦਾ ਹੀ ਹੈ ਜੋ ਲੋਕ ਵੀ ਸੋਚਦੇ ਹਨ। ਉੱਠੇ ਗਏ। ਮੇਰਾ ਮੰਨਣਾ ਇਹ ਹੈ ਇਹਦੇ ਨਿਰਣੇ ਦੀ ਸਾਨੂੰ ਜ਼ਰੂਰਤ ਹੀ ਨਹੀਂ ਹੈ। ਇਹ ਤਾਂ ਸਾਡੇ ਆਪਣੇ ਸੋਚਣ ਦੀ ਗੱਲ ਹੈ। ਮੈਂ ਜੋ ਪਕੜਿਆ ਹੋਇਆ ਉਸ ਤੇ ਜੇ ਮੈਨੂੰ ਕੁਝ ਮਿਲਦਾ ਹੋਵੇ ਤਾਂ ਗੱਲ ਖਤਮ ਹੋ ਗਈ। ਜੇ ਨਹੀਂ ਮਿਲ ਰਿਹਾ ਤਾਂ ਮੈਂ ਕਹਿਣਾ ਕਿ ਕਿਰਪਾ ਕਰਕੇ ਇਹਨੂੰ ਛੱਡੋ। ਇਹਦੇ ਪਹਿਲਾਂ ਕਿ ਕੁਝ ਹੋਰ ਤੁਹਾਡੀ ਜ਼ਿੰਦਗੀ 'ਚ ਉਤਰ ਸਕੇ। ਤੁਸੀਂ ਇਹਨੂੰ ਛੱਡੋ ਕਿਉਂਕਿ ਲੜਾਈ ਹੀ ਕਸ਼ਟਪੂਰਨ ਬਣਦੀ ਹੈ। ਤੇ ਜਦ ਮੈਂ ਦੇਖਦਾ ਕਿ ਤੁਸੀਂ ਛੱਡਣ ਨੂੰ ਵੀ ਤਿਆਰ ਨਹੀਂ ਹੋ ਤਾਂ ਮੈਂ ਮੰਨਦਾ ਕਿ ਨਵੇਂ ਨੂੰ ਪਾਉਣ ਦੀ ਸਮਰੱਥਾ ਤੁਹਾਡੀ ਨਹੀਂ ਹੋ ਸਕਦੀ ਇਸ ਲਈ ਮੈਂ ਉਦਾਰ ਤੋਂ ਹਿਸਾਬ ਹੀ ਛੱਡ ਦਿੰਦਾ ਮੁਨਾਸਬ ਤਾਂ ਹੀ ਹੈ ਕਿ ਮੈਂ ਇੱਕ ਥਾਂ ਖੂਪ ਉੱਟਣ ਗਿਆ ਉਸ 'ਚ ਮੈਂ ਕੁਦਾਲੀ ਮਾਰ ਕੇ ਦੇਖ ਰਿਹਾ ਕਿ ਜੇਕਰ ਪੱਥਰ ਹੀ ਹੈ ਸਾਹਮਣੇ ਕੁਦਾਲੀ ਪੱਥਰ ਉੱਤੇ ਹੀ ਪੈਂਦੀ ਹੈ ਤਾਂ ਬਿਹਤਰ ਹੈ ਕਿ ਮੈਂ ਉਹਨੂੰ ਛੱਡ ਹੀ ਦੇਵਾਂ ਇੰਨੀ ਮਿਹਨਤ ਕਿਉਂ ਕਰਾਂ ਨਹੀਂ ਤਾਂ ਜੋ ਤੁਸੀਂ ਕਹਿ ਰਹੇ ਹੋ ਜੇਕਰ ਉਸ ਤਰ੍ਹਾਂ ਕੀਤਾ ਜਾਏ ਤਾਂ ਮੈਨੂੰ ਅਕਸਰਨ ਫਜ਼ੂਲ ਲੋਕਾਂ ਉਤੇ ਮਿਹਨਤ ਕਰਨੀ ਪੈਗੀ ਇਹ ਉਹ ਲੋਕ ਹੋਣਗੇ ਜਿਹੜੇ ਬਦਲਣਾ ਨਹੀਂ ਚਾਹੁੰਦੇ ਜਿਨ੍ਹਾਂ ਨੂੰ ਮੈਂ ਬਦਲਣ ਦੀ ਕੋਸ਼ਿਸ਼ ਕਰਦਾ ਹਾਂ ਹੁਣ ਤਾਂ ਮੈਨੂੰ ਹੌਲੀ-ਹੌਲੀ ਸਾਫ਼ ਹੁੰਦਾ ਚਲਾ ਜਾ ਰਿਹਾ ਹੈ ਕਿ ਇਸ ਤਰ੍ਹਾਂ ਸਹਿਜੀਓ ਉਹੀ ਲੋਕ ਮੇਰੇ ਕੋਲ ਆ ਪਾਉਂਦੇ ਹੈ ਜਿਨ੍ਹਾਂ ਦੀ ਬਦਲਣ ਦੀ ਤਾਂਗ ਹੈ ਜਿਨ੍ਹਾਂ 'ਚ ਬਦਲਣ ਦਾ ਹੌਸਲਾ ਹੈ ਤੇ ਜਿਹੜੇ ਕੁਝ ਵੀ ਛੱਡਣ ਨੂੰ ਤਿਆਰ ਹਨ ਕਿਉਂਕਿ ਜਿਹੜੇ ਕੁਝ ਵਿਚਾਰ ਹੀ ਛੱਡਣ ਨੂੰ ਤਿਆਰ ਨਹੀਂ ਉਹ ਕੁਝ ਹੋਰ ਛੱਡ ਪਾਉਣਗੇ ਇਹ ਬਹੁਤ ਮੁਸ਼ਕਲ ਮਾਮਲਾ ਹੈ ਕੋਕੇ ਵਿਚਾਰ ਨਾਲੋਂ ਜ਼ਿਆਦਾ ਬੇਕਾਰ ਚੀਜ਼ ਕੁਝ ਹੋਰ ਹੈ ਨਹੀਂ ਯਾਨੀ ਸਿਰਫ ਸ਼ਬਦ ਹੀ ਸ਼ਬਦ ਹਨ ਉਹਨੂੰ ਵੀ ਛੱਡਣ ਚ ਜੋ ਆਦਮੀ ਕਬਰਾ ਰਿਹਾ ਉਹ ਕੁਝ ਹੋਰ ਸਬਸਟੈਂਸ ਛੱਡ ਪਾਏਗਾ ਕਿਸੇ ਦਿਨ ਇਹਦੀ ਆਸ ਬੰਨਣੀ ਬਹੁਤ ਮੁਸ਼ਕਿਲ ਹੈ ਸੋ ਮੇਰੇ ਲਈ ਉਹ ਪਰਖ ਦਾ ਉਪਾਅ ਵੀ ਬਣ ਗਿਆ ਯਾਨੀ ਮੈਂ ਤਾਂ ਮੰਨਦਾ ਕਿ ਉਸ ਟ ਛਾਂਟੇ ਜਾਂਦੇ ਹਨ ਲੋਕ ਉਹੀ ਲੋਕ ਬਚ ਜਾਂਦੇ ਹਨ ਜਿਨ੍ਹਾਂ ਦੇ ਨਾਲ ਮਿਹਨਤ ਕਰਨੀ ਠੀਕ ਹੈ ਤੇ ਮੈਂ ਸਭ ਤਰ੍ਹਾਂ ਨਾਲ ਉਹਨਾਂ ਨੂੰ ਛਾਂਟਦਾ ਹੀ ਰਹਿਣਾ ਕਿਉਂਕਿ ਇਹ ਕਾਰਨ ਹਰ ਬੰਦੇ ਉੱਤੇ ਮਿਹਨਤ ਕਰਨ ਦੀ ਮੇਰੀ ਦਿਲਚਸਪੀ ਨਹੀਂ ਹੈ ਕਿਉਂਕਿ ਆਖਰ ਮੇਰੀਆਂ ਸੀਮਾਵਾਂ ਹਨ ਸਭ ਦੀਆਂ ਸੀਮਾਵਾਂ ਹਨ ਸਾਰੀ ਦੁਨੀਆ ਨੂੰ ਮੈਂ ਬਦਲ ਨਹੀਂ ਸਕਦਾ ਸਾਰੀ ਦੁਨੀਆ ਨੂੰ ਬਦਲਣ ਦਾ ਖਿਆਲ ਵੀ ਨਹੀਂ ਕਰਨਾ ਚਾਹੀਦਾ ਜਿੰਨੀ ਮੇਰੀ ਸ਼ਕਤੀ ਉਹ ਵੱਧ ਤੋਂ ਵੱਧ ਉਪਯੋਗ ਜਾ ਜਾਏ ਇਹ ਮੇਰਾ ਖਿਆਲ ਹੈ ਇਸ ਮਾਮਲੇ ਨੂੰ ਇੱਕ ਅਰਥ ਵਿੱਚ ਸਦੀਵੀ ਹੈ ਬਹੁਤ ਤੇ ਇਹ ਸਾਡੇ ਚ ਉੱਠ ਰਿਹਾ ਹੈ ਹਮੇਸ਼ਾ ਉੱਠੇਗਾ ਕਿਉਂਕਿ ਆਸਾਨ ਮੇਰੇ ਲਈ ਵੀ ਹੋਈ ਹੈ ਲੱਖ ਬੰਦੇ ਸੁਣ ਸਕਦੇ ਆ ਤੇ ਜੇ ਮੈਂ ਉਹਨਾਂ ਦੇ ਹੰਕਾਰਾਂ ਦੀ ਕਿਸੇ ਤਰ੍ਹਾਂ ਨਾਲ ਤ੍ਰਿਪਤੀ ਕਰ ਰਿਹਾ ਜਾਂ ਤ੍ਰਿਪਤੀ ਨਹੀਂ ਕਰ ਰਿਹਾ ਸਿਰਫ ਝੋਟ ਹੀ ਨਹੀਂ ਪੁਜਾਰ ਰਿਹਾ ਇੰਨੀ ਤ੍ਰਿਪਤੀ ਕਰ ਰਿਹਾ ਤਾਂ ਮੈਨੂੰ ਲੱਖਾਂ ਲੋਕ ਸੁਣ ਸਕਣਗੇ ਪਰ ਮੈਂ ਲੱਖਾਂ ਲੋਕਾਂ ਨੂੰ ਸੁਣਾ ਕੇ ਵੀ ਕੀ ਕਰਾਂਗਾ ਮੈਂ 10 ਬੰਦਿਆਂ ਨੂੰ ਸੁਨਾਉਣਾ ਪਸੰਦ ਕਰਾਂਗਾ ਜਿਹੜੇ ਕਿ ਬਦਲਣ ਲਈ ਤਿਆਰ ਹੈ ਇਹ ਲੱਖ ਬੰਦੇ ਸੁਣ ਕੇ ਤਾੜੀ ਵਜਾ ਕੇ ਚਲੇ ਜਾਣਗੇ ਇਸ ਨਾਲ ਕੀ ਹੋਣ ਵਾਲਾ ਹੈ ਉਹਨੇ ਤੇ ਚੱਲ ਰਿਹਾ ਹੈ ਇਧਰ ਮੇਰੀ ਆਪਣੀ ਸਮਝ ਹੈ ਜਿਵੇਂ ਗਾਂਧੀ ਜੀ ਨੇ ਪੂਰਾ ਪ੍ਰਯੋਗ ਕੀਤਾ ਹੈ ਉਹੀ ਕਰਾਂ ਮੈਂ ਇਸਲਾਹ ਜੋ ਇਹ ਸਲਾਹ ਮੈਨੂੰ ਮਿੱਤਰ ਦਿੰਦੇ ਹੈ ਗਾਂਧੀ ਜੀ ਨੇ ਪੂਰੀ ਜ਼ਿੰਦਗੀ ਉਹੀ ਕੀਤਾ ਅੱਲਾ ਇਸ਼ਵਰ ਤੇਰੇ ਨਾਮ ਨੂੰ ਵੀ ਇਕੱਠਾ ਕਰ ਲਿਆ ਗੀਤਾ ਕੁਰਾਨ ਨੂੰ ਵੀ ਇਕੱਠਾ ਕਰ ਲਿਆ ਮੁਸਲਮਾਨ ਨੂੰ ਵੀ ਬਦਲ ਦਈਏ ਹਿੰਦੂ ਨੂੰ ਵੀ ਬਦਲ ਦਈਏ ਈਸਾਈ ਨੂੰ ਵੀ ਬਦਲ ਦਈਏ ਸਭ ਨੂੰ ਤ੍ਰਿਪਤੀ ਵੀ ਦੇ ਦਈਏ ਤੁਹਾਡੀ ਕਿਤਾਬ 'ਚ ਵੀ ਉਹੀ ਹੈ ਕਿਸੇ ਦੇ ਖਿਲਾਫ ਨਾ ਬੋਲੋ ਸਭ ਦੇ ਪੱਖ 'ਚ ਬੋਲੋ ਇਹ ਪੂਰੀ ਜ਼ਿੰਦਗੀ ਪ੍ਰਯੋਗ ਕੀਤਾ ਮੈਂ ਨਹੀਂ ਮੰਨਦਾ ਕਿਉਂਕਿ ਮੇਰਾ ਖਿਆਲ ਇਹ ਹੈ ਕਿ ਜੇ ਉਹ ਖੁਦ ਨੂੰ ਵੀ ਬਦਲ ਪਾਉਂਦੇ ਤਾਂ ਇਹ ਗੱਲ ਬਹੁਤ ਸਾਫ਼ ਹੋ ਜਾਂਦੀ ਕਿ ਜੋ ਗੋਰਖ ਧੰਦਾ ਉਹ ਕਰ ਰਹੇ ਹਨ ਇਹ ਸੰਭਵ ਨਹੀਂ ਹੈ ਇਹ ਮਹਾਵੀਰ ਤੇ ਬੁੱਧ ਤੇ ਕ੍ਰਾਈਸਟ ਨੇ ਨਾ ਸਮਝੀ ਨਹੀਂ ਕੀਤੀ ਜੋ ਠੀਕ ਹੋ ਸਕਦਾ ਸੀ ਉਹੀ ਕੀਤਾ ਨਹੀਂ ਤਾਂ ਬੁੱਧ ਵੀ ਕਹਿ ਸਕਦੇ ਸੀ ਕਿ ਮਹਾਵੀਰ ਵੀ ਉਹੀ ਕਹਿੰਦੇ ਐ ਉਪਨਿਸ਼ਦ ਵੀ ਉਹੀ ਕਹਿੰਦੀ ਐ ਗੀਤਾ ਵੀ ਉਹੀ ਕਹਿੰਦੀ ਐ ਸਾਰੇ ਉਹੀ ਕਹਿੰਦੇ ਐ ਜੋ ਮੈਂ ਕਹਿਣਾ ਇਸ ਤੇ ਹਰਜ ਕੀ ਸੀ ਕਹਿਣਾ ਇਹ ਸਰਾ ਸਰ ਕਿਹਾ ਜਾ ਸਕਦਾ ਸੀ ਲੇਕਿਨ ਮੈਂ ਮੰਨਦਾ ਕਿ ਬੁੱਧ ਨੂੰ ਸ਼ਾਇਦ ਲੱਖ 2 ਲੱਖ 10 ਲੱਖ ਲੋਕ ਉਹਨੂੰ ਸੁਣ ਲੈਂਦੇ ਪਰ ਤੁਹਾਡਾ ਨਾਂ ਵੀ ਖਿਆਲ 'ਚ ਨਹੀਂ ਆਉਂਦਾ ਬੁੱਧ ਦੇ ਕੁਝ ਲੋਕਾਂ ਨੂੰ ਉਹਨਾਂ ਨੇ ਬਦਲਿਆ ਤੇ ਬਦਲੇ ਹੋਏ ਲੋਕ ਹੀ ਕੰਮ ਦੇ ਹਨ ਹਰ ਬੰਦਾ ਕੰਮ ਨਹੀਂ ਆਉਂਦਾ ਉਹਨੂੰ ਕੋਈ ਮਤਲਬ ਵੀ ਨਹੀਂ ਹੈ ਸੋ ਮੇਰੀ ਦਿਲਚਸਪੀ ਕਿਸੇ ਤਰ੍ਹਾਂ ਦੀ ਹੈ ਗਵਾਈ ਕਰਨ ਚ ਨਹੀਂ ਹੈ ਕਿਸੇ ਤਰ੍ਹਾਂ ਦੇ ਪਰਸੂਏਸ਼ਨ ਚ ਨਹੀਂ ਹੈ ਸਿੱਧੀ ਸਾਫ਼ ਓਨੈਸਟ ਗੱਲ ਹੋਣੀ ਚਾਹੀਦੀ ਹੈ ਮੈਨੂੰ ਜੇ ਲੱਗਦਾ ਹੈ ਕਿ ਤੁਸੀਂ ਗਲਤ ਹੋ ਤਾਂ ਮੈਂ ਪੂਰੀ ਝੋਟ ਨਾਲ ਲੱਖਾਂਗਾ ਤੇ ਮੈਂ ਮੰਨਦਾ ਕਿ ਤਦ ਜੇਕਰ ਤੁਸੀਂ ਕਿਸੇ ਤਰ੍ਹਾਂ ਦੇ ਆਤਮ ਰੱਖਿਆ ਦੇ ਉਪਾਚ ਨਾ ਗਏ ਤਾਂ ਤੁਸੀਂ ਸਮਝ पाओगे ਜੇਕਰ ਲੱਗੇ ਹੋ ਤਾਂ ਛੇਤੀ ਤੋਂ ਮੇਰਾ ਛੁਟਕਾਰਾ ਹੋਏਗਾ ਬਹੁਤਾ ਸਮਾਂ ਤੁਸੀਂ ਮੇਰਾ ਜ਼ਾਇਆ ਨਹੀਂ ਕਰੋਗੇ ਉਹਨੇ ਦੇਖੋ ਨਾ ਕੀ ਹੋਇਆ ਮੈਨੂੰ ਜਿਹੜਾ ਗਾਂਧੀਵਾਦੀ ਬਰਿਆਂ ਤੋਂ ਸੁਣਦਾ ਸੀ ਉਹ ਮੈਂ ਮੰਨਦਾ ਉਹਨੇ ਮੈਨੂੰ ਕਦੇ ਨਹੀਂ ਸੁਣਿਆ ਕਿਉਂਕਿ ਮੈਨੂੰ ਉਹ ਬਰਿਆਂ ਤੋਂ ਸੁਣਦਾ ਸੀ ਕੈਂਪਾਂ ਚ ਆਉਂਦਾ ਸੀ ਧਿਆਨ ਦੇ ਲਈ ਬੈਠਦਾ ਸੀ ਮੈਂ ਗਾਂਧੀ ਦੇ ਖਿਲਾਫ ਬੋਲਿਆ ਉਹ ਨਸ ਗਿਆ ਹੁਣ ਮੈਂ ਸੋਚਦਾ ਉਹ ਜੋ ਕਈ ਵਾਰੇ ਮੈਂ ਉਹਦੇ ਨਾਲ ਮਿਹਨਤ ਕੀਤੀ ਉਹ ਬੇਕਾਰ ਗਈ ਮੈਂ ਗਾਂਧੀ ਦੇ ਖਿਲਾਫ ਪਹਿਲਾਂ ਹੀ ਬੋਲ ਦੇਣਾ ਸੀ ਮੇਰੇ ਆਪਣੇ ਤੋੜਨ ਦੇ ਢੰਗ ਹਨ ਇਸ ਲਈ ਮੈਂ ਮੰਨਦਾ ਕਿ ਮੇਰਾ ਸਮਾਂ ਫਜ਼ੂਲ ਗਿਆ ਕਿਉਂਕਿ ਉਹ ਆਦਮੀ ਤਾਂ ਨਸ ਗਿਆ ਵਰਿਆਂ ਬੱਦੀ ਧਿਆਨ ਕਰਕੇ ਤੇ ਵਰਿਆਂ ਬੱਦੀ ਮੈਨੂੰ ਸੁਣ ਕੇ ਵੀ ਉਹ ਇਨੀ ਹਿੰਮਤ ਨਾ ਜੁਟਾਂ ਪਾਇਆ ਕਿ ਇੰਨੀ ਆਲੋਚਨਾ ਸਹਿ ਲੰਦਾ ਤਾਂ ਉਹ ਬੇਕਾਰ ਸਮਝ ਆਇਆ ਹੋਇਆ ਮੈਂ ਹੋਰ ਵਰਿਆਂ ਤੀਕ ਉਹਨੂੰ ਸੁਣਾ ਸਕਦਾ ਸੀ ਗਾਂਧੀ ਖਿਲਾਫ ਪਰ ਨਾ ਬੋਲਦਾ ਉਹ ਵੀ ਸਮਝ ਆਇਆ ਹੋਣ ਵਾਲਾ ਸੀ ਇਧਰ ਮੇਰੀ ਆਪਣੀ ਇਹ ਸਮਝ ਹੈ ਮੇਰਾ ਮੰਨਣਾ ਅਜਿਹਾ ਹੈ ਜਿਹੜਾ ਬੰਦਾ ਬਦਲਣ ਦੀ ਤਿਆਰੀ ਤੇ ਖੜਾ ਹੈ ਉਹ ਬੰਦਾ ਸਭ ਤਰ੍ਹਾਂ ਦੀ ਝੋਟ ਚੱਲਣ ਦੀ ਤਿਆਰੀ ਤੇ ਵੀ ਖੜਾ ਹੁੰਦਾ ਹੈ ਧੰਨਵਾਦ